ਪਹਿਲਾਂ ਤੁਹਾਨੂੰ ਬਾਹਰ ਦਾ ਜਿਹੜਾ ਨਾ ਬਹਾਨੇ ਆਇਆ ਜੇ ਮਜ਼ਾਰ ਕਿੱਡਾ ਮਾਸ਼ਾਅੱਲਾ ਵੱਡਾ ਆਵੇ। ਮੱਛੀ ਦਾ ਕੰਡਾ ਜਿਹਾ ਵੇਖ ਸਕਦੇ ਹੋ ਕਿ ਨਾ ਐ ਜੇ, ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਨਾ ਵੀ ਇਹ ਮੱਛੀ ਦਾ ਸ਼ਤੀਰ ਕੰਡਾ ਜਿਹੜਾ ਹੈ। ਉਹ ਵੇਖਿਆ ਪਰ ਵਾਸ਼ਰੂਮ ਬਣੇ ਨੇ ਸਾਰੇ, ਅਤੇ ਹਫ਼ਤ ਹੋਰੀ ਗੱਡੀ ਖਿਲਾਰ ਕੇ ਆਏ ਨੇ ਇੱਧਰ, ਵੁਜ਼ੂ ਕਰ ਸਕਦੇ, ਟੂਟੀਆਂ ਛੁੱਟੀਆਂ ਲੱਗੀਆਂ ਨੇ, ਅਤੇ ਇੱਧਰ ਉਹਨਾਂ ਕਮਰੇ ਬਣਾਏ ਨੇ, ਰੂਮ ਬਣਾਏ ਨੇ ਜਿਹੜੇ ਲੋਕ। ਅਸਲਾਮ ਅਲੈਕਮ, ਅੱਜ ਦਾ ਵੀ ਵਲੌਗ ਕਰਨਾ ਸ਼ੁਰੂ। ਅੱਜ ਅਸੀਂ ਜਾ ਰਹੇ ਹਾਂ ਅਲੀਪੁਰ ਸੈਦਾਂ, ਜੋ ਕਿ ਅਲੀਪੁਰ ਸ਼ਰੀਫ ਵੀ ਬੋਲਦੇ ਹਾਂ, ਉੱਧਰ ਦਰਬਾਰ ਪੇ ਜਾ ਰਹੇ ਹਾਂ, ਮਜ਼ਾਰ ਪੇ ਜਾ ਰਹੇ ਹਾਂ, ਤਾਂ ਉਹ ਵੀ ਆਪ ਲੋਕੋਂ ਕੋ ਅੱਜ ਦਿਖਾਏਂਗੇ, ਜੋ ਕਿ ਬਹੁਤ ਹੀ ਮਸ਼ਹੂਰ ਹਮਾਰੇ ਪਾਕਿਸਤਾਨ ਕੇ ਜੋ ਹੈ ਨਾ ਪੀਰ ਲਾਸਾਨੀ ਨੇ, ਜਿਨ੍ਹਾਂ ਦਾ ਮਜ਼ਾਰ ਹੈ, ਜਿਨ੍ਹਾਂ ਦਾ ਦਰਬਾਰ ਹੈ, ਅਤੇ ਬਹੁਤ ਹੀ ਪਾਕ ਹਸੀਨਾ। ਅੱਜ ਅਸੀਂ ਉੱਥੇ ਚੱਲੇ ਹਾਂ ਅਤੇ ਤੁਹਾਨੂੰ ਮਜ਼ਾਰ ਪੂਰਾ ਵਹਾ ਲਾਂਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਪੂਰੀ ਵੇਖਣੀ ਮੈਂ। ਲਓ ਜੀ, ਘਰ ਸੇ ਨਿਕਲਣੇ ਲਗਾ ਹੂੰ, ਹਾਫਜ਼ ਹੋਰੀ ਬਾਹਰ ਆ ਗਏ ਹੈ ਹਮਾਰੇ ਦੋਸਤ ਬਾਈਕ ਲੈ ਕੇ, ਤੋ ਇਹ ਦੇਖਾ ਘਰ ਸੇ ਨਿਕਲਣੇ ਲਗੇ ਹੈ, ਤੋ ਬਾਹਰ ਹਾਫਜ਼ ਹੋ ਰਹੀ ਹੈ। ਯੇ ਹਫਜ਼ ਹੋ ਰਹੀ ਹੈ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਸਭ ਕੀ ਹਾਲ ਹੈ? ਠੀਕ ਹੋ? ਹੋਰ ਸਭ ਖੈਰੀਅਤ ਹੈ? ਇਹ ਜੀ ਬਾਈਕ ਉੱਪਰ ਬੈਠੇ ਹਾਂ, ਤੋ ਬਾਈਕ ਪੇ ਜਾਏਂਗੇ। ਹਾਂ ਜੀ, ਤਿਆਰੀ ਹੈ, ਚੱਲੀਏ। ਅਤੇ ਅਲੀਪੁਰ ਸੈਦਾਂ ਸ਼ਰੀਫ ਅਸੀਂ ਜਾ ਰਹੇ ਹਾਂ, ਅਤੇ ਵੇਖਿਆ ਬਾਈਕ ਕੱਢ ਲਈ ਹੈ, ਅਤੇ ਹੁਣ ਜਿਹੜਾ ਨਾ ਬਾਈਕ ਦੇ ਉੱਤੇ ਬਹਿੰਦੇ ਹਾਂ, ਅਤੇ ਅਸੀਂ ਜਿਹੜਾ ਨਾ ਜਾਂਦੇ ਹਾਂ, ਅਤੇ ਜਾਂਦਿਆਂ ਤੁਹਾਨੂੰ ਵਲੌਗ ਜਿਹੜਾ ਨਾ ਵਹਾਂਦਾ ਜਾਣਾ, ਅਤੇ ਵੀਡੀਓ ਪੂਰੀ ਅਤੇ ਮੁਕੰਮਲ ਵੇਖਣੀ ਹੈ। ਚਲੋ ਜੀ, ਪਰਤਾਓ ਗੱਡੀ, ਚੱਲੀਏ ਫਿਰ। ਗੱਡੀ ਸਟਾਰਟ ਕਰ ਲਈ ਹੈ, ਤਾਂ ਹੁਣ ਗੱਡੀ ਲੱਗੇ ਨੇ ਪਰਤਾਉਣ। ਜੇ ਜੀ ਜਾਣ ਡੇ ਹਾਂ ਰਾਸਤੇ ਦੇ ਵਿੱਚ, ਵੇਖਿਆ ਜਾਂਦੇ ਹਾਂ ਅਤੇ ਘਰੋਂ ਨਿਕਲ ਪਏ ਹਾਂ ਅਸੀਂ, ਅਤੇ ਵੇਖਿਆ ਰਾਹ ਦੇ ਵਿੱਚ ਹਾਂ, ਅਤੇ ਰੋਡ ਵੇਖੋ ਪੂਰਾ ਹੀ ਖਰਾਬ ਹੈ, ਤੋੜੋ ਤੋੜ ਖਰਾਬ ਹੈ। ਚਲੋ ਚਲਾਓ ਹਾਂ ਗੱਡੀ, ਤਾਂ ਤੁਹਾਨੂੰ ਰੋਡ ਵਹਾਉਂਦੇ ਹਾਂ। ਇਹ ਵੇਖੋ ਇਹ ਜੇ ਸਾਡੇ ਰਾਹਾਂ ਦੇ ਹਾਲ, ਜਾਣਾ ਕਿਸੇ ਨੇ ਕੀ, ਜਿੱਥੇ ਘੰਟਾ ਲੱਗਦਾ ਉੱਥੇ 2 ਘੰਟੇ ਲੱਗਦੇ ਨੇ। ਇਹ ਵੇਖੋ ਸਵੀਮਿੰਗ ਪੂਲ ਬਣਿਆ ਜਿਵੇਂ, ਵੇਖ ਸਕਦੇ ਤੁਸੀਂ ਸਾਡੇ ਪਾਕਿਸਤਾਨ ਦੇ ਹਾਲਾਤ ਕਿਵੇਂ ਦੇ ਰੋਡ ਨੇ। ਇਹ ਵੇਖੋ ਲੰਘਣਾ ਕਿਸੇ ਨੇ ਕੀ ਹੈ, ਐਡੇ ਔਖੇ ਹੋ ਕੇ ਲੋਕ ਲੰਘਦੇ ਨੇ ਇੱਥੋਂ ਦੇ। ਬਾਈਕ ਸਵੇਰੇ ਸਵੇਰੇ ਲੋਕ ਪੱਠੇ ਖੜਨ ਡੇ ਨੇ ਰੇਹੜੀਆਂ ਦੇ ਉੱਤੇ, ਵੱਡੇ ਨੇ ਅਤੇ ਇਹ ਖੜਦੇ ਜਿਵੇਂ ਪੱਠੇ ਰੇਹੜੀਆਂ ਦੇ ਲੱਦੇ ਨੇ। ਆ ਕੀ ਹਾਲ ਹੈ? ਠੀਕ ਹੋ? ਠੀਕ ਹੈ। ਤੁਹਾਨੂੰ ਮੱਝਾਂ ਨਹਾਉਣ ਡਈਆਂ ਨੇ, ਤਾਂ ਉਹ ਵੀ ਬਹਾਨੇ ਆ। ਇਹ ਜੇ ਜੀ ਮੱਝਾਂ ਛੱਪੜ ਦੇ ਵਿੱਚ ਨਹਾਉਣ ਡਈਆਂ ਨੇ, ਇਹ ਵੇਖ ਸਕਦੇ ਹੋ ਤੁਸੀਂ, ਅਤੇ ਬੜਾ ਹੀ ਵੱਡਾ ਛੱਪੜ ਹੈ, ਅਤੇ ਇਹ ਮੱਝਾਂ ਨਹਾ ਨਹਾ ਕੇ ਤਾਂ ਨਿਕਲਦੀਆਂ ਪਈਆਂ ਬਾਹਰ। ਆ ਵੇਖੋ, ਕਿਉਂਕਿ ਗਰਮੀ ਪੈਣ ਡਈ ਹੈ ਬੜੀ, ਅਤੇ ਮੱਝਾਂ ਜਿਹੜੀਆਂ ਨਾ ਨਹਾ ਕੇ ਜਾਣ ਡਈਆਂ ਨੇ। ਵੇਖ ਇਹ ਜੇ ਜੀ ਦੇਸੀ ਮਾਹੌਲ ਪਿੰਡ ਦੇ, ਇਹ ਜੇ ਖੋਤੀਆਂ ਰੇਹੜੀਆਂ 'ਤੇ ਬੈਠੇ, ਤਾਂ ਵੇਖੋ ਪੱਠੇ ਖੜਦੇ ਪਏ। ਇਹ ਰੋਡ 'ਤੇ ਅਸੀਂ ਮੇਨ 'ਤੇ ਚੜ੍ਹ ਗਏ ਹਾਂ, ਚਵਿੰਡਾ ਡਏ ਹਾਂ ਕ੍ਰਾਸ ਕਰਨ, ਅਤੇ ਇਸ ਤੋਂ ਅੱਗੇ ਜਿਹੜਾ ਨਾ ਪਸਰੂਰ ਸ਼ਹਿਰ ਆਉਣਾ ਵੇ, ਪਸਰੂਰ ਸ਼ਹਿਰ ਤੋਂ ਫਿਰ ਆਹਾਂ ਨਾਰੋਵਾਲ ਨੂੰ ਜਾਣਾ ਵੇ। ਇਹ ਜੇ ਪਸਰੂਰ ਰੋਡ, ਅਤੇ ਕਿੱਡਾ ਪਿਆਰਾ ਰੋਡ ਬਣਿਆ ਵੇ, ਵੇਖੋ ਦਰਖਤ ਲੱਗੇ ਨੇ, ਅਤੇ ਕਿੱਡਾ ਪਿਆਰਾ ਨਜ਼ਾਰਾ ਵੇ। ਅਤੇ ਇਹ ਪਸਰੂਰ ਨੂੰ ਅਸੀਂ ਜਾਣਦੇ ਹਾਂ, ਬਸ ਪਸਰੂਰ ਅਸੀਂ ਆਪਣਾ ਨਾਲੇ ਹਾਂ ਚਵਿੰਡੇ ਫਾਟਕ ਦੇ, ਅਤੇ ਚਵਿੰਡੇ ਫਾਟਕ ਅੱਪੜ ਗਏ, ਅਤੇ ਤੁਹਾਨੂੰ ਵੀ ਬਹਾਨੇ ਹਾਂ। ਇਹ ਹੈ ਜੀ ਪਸਰੂਰ ਪਹੁੰਚ ਗਏ, ਇਹ ਚਵਿੰਡਾ ਫਾਟਕ ਹੈ, ਦੇਖ ਸਕਦੇ ਹੋ ਆਪ, ਆਪਕੋ ਚਵਿੰਡਾ ਫਾਟਕ ਪੇ ਜੋ ਹੈ ਨਾ ਚਵਿੰਡਾ ਫਾਟਕ ਦਿਖਾਏਂਗੇ। ਦੇਖੋ ਇਹ ਚਵਿੰਡੇ ਸੇ ਆ ਰਹੀ ਹੈ ਟ੍ਰੇਨ ਕੀ ਸੜਕ, ਤੋ ਇਹ ਜੋ ਹੈ ਨਾ ਲਾਹੌਰ ਕੀ ਸਾਈਡ ਪੇ ਜਾ ਰਹੀ ਹੈ, ਤੋ ਵੋ ਆਗੇ ਜੋ ਹੈ ਨਾ
ਚੌਕ ਹੈ ਜੀ। ਇਸ ਟਾਈਮ ਅਸੀਂ ਜਵੀਂਡੇ ਫਾਟਕ 'ਤੇ ਜਿਹੜਾ ਨਾ ਅੱਪੜ ਗਏ ਹਾਂ ਪਸਰੂਰ ਸ਼ਹਿਰ ਦੇ ਵਿੱਚ, ਅਤੇ ਇਸ ਟਾਈਮ ਪਸਰੂਰ ਸ਼ਹਿਰ ਦੇ ਵਿੱਚ ਚੌਕ ਦੇ ਵਿੱਚ ਖਲੋਤੇ ਹਾਂ। ਅਤੇ ਇਹ ਜਿਹੜੀ ਸੜਕ ਹੈ ਨਾ, ਇਹ ਸਿਆਲਕੋਟ ਨੂੰ ਜਾਂਦੀ ਹੈ, ਇਹ ਸਿਆਲਕੋਟ ਨੂੰ ਸੜਕ ਜਾਣੀ ਹੈ। ਅਤੇ ਇੱਧਰ ਇਹ ਜਿਹੜੀ ਹੈ ਨਾ, ਇਹ ਨਾਰੋਵਾਲ ਨੂੰ ਜਾਣੀ ਹੈ। ਅਤੇ ਇੱਧਰ ਸਾਰੇ ਵੇਖੋ ਰਿਕਸ਼ਿਆਂ ਦੇ ਰਸ਼ ਨੇ, ਚੌਂਕ ਦੇ ਵਿੱਚ ਦੁਕਾਨਾਂ ਲੱਗੀਆਂ ਹਨ ਅਤੇ ਹਰ ਪਾਸੇ ਰਿਕਸ਼ੇ ਖਲੋਤੇ ਹਨ। ਇਹ ਸੜਕ ਜਿਹੜੀ ਹੈ ਨਾ ਕਿਲ੍ਹਾ ਅਹਿਮਦਾਬਾਦ ਨੂੰ ਜਾਣੀ ਹੈ, ਨਾਰੋਵਾਲ ਨੂੰ ਜਾਣੀ ਹੈ ਸੜਕ ਇਹ ਵਾਲੀ। ਇੱਧਰ ਨੂੰ ਅਸੀਂ ਚੱਲੇ ਹਾਂ, ਇੱਧਰ ਨੂੰ ਅਲੀਪੁਰ ਨੂੰ ਜਾਣਾ ਵੇ ਇਹ ਸੜਕ 'ਤੇ। ਇਹ ਜੇ ਜੀ ਬੋਰਡ ਪੜ੍ਹ ਲਓ, ਨਾਰੋਵਾਲ ਦਾ ਬੋਰਡ ਲੱਗਾ ਵੇ ਅਤੇ ਨਾਰੋਵਾਲ ਨੂੰ ਸੜਕ ਜਾਂਦੀ ਹੈ ਪਸਰੂਰੋਂ, ਅਤੇ ਇਹ ਰੋਡ ਜਾਣ ਡਿਆ ਅਤੇ ਅਸੀਂ ਜਾਣ ਡਏ ਹਾਂ ਬਸ ਅਲੀਪੁਰ ਸਾਈਡਾਂ ਨੂੰ। ਅਤੇ ਹੁਣ ਕਿਲ੍ਹੇ ਅਹਿਮਦਾਬਾਦ ਜਾ ਕੇ ਅੱਪੜ ਕੇ ਅਤੇ ਤੁਹਾਨੂੰ ਕਿਲ੍ਹਾ ਅਹਿਮਦਾਬਾਦ ਜਾ ਕੇ ਅਤੇ ਉੱਥੇ ਤੁਹਾਨੂੰ ਬਾਹਰ ਲੰਘ ਲਓਗੇ। ਇਹ ਜੇ ਜੀ ਕਿਲ੍ਹਾ ਅਹਿਮਦਾਬਾਦ ਅਸੀਂ ਪਹੁੰਚ ਗਏ ਹਾਂ, ਅਤੇ ਬਸ ਥੋੜ੍ਹਾ ਜਿਹਾ ਚੌਂਕ ਲਾਗੇ ਰਹਿ ਗਿਆ ਬਸ ਅੱਪੜਨ ਵਾਲੀਆਂ, ਅਤੇ ਤੁਹਾਨੂੰ ਚੌਂਕ ਦੇ ਵਿੱਚ ਆ ਕੇ ਅਤੇ ਕਿਲ੍ਹਾ ਅਹਿਮਦਾਬਾਦ ਵੀ ਬਾਹਰ ਨੇ। ਇਹ ਹੈ ਜੀ ਕਿਲ੍ਹਾ ਅਹਿਮਦਾਬਾਦ, ਹਮ ਪਹੁੰਚ ਚੁੱਕੇ ਹਾਂ, ਦੇਖ ਸਕਦੇ ਹੋ ਇਹ ਗਾੜੀਆਂ ਲੱਗੀਆਂ, ਬਹੁਤ ਰਸ਼ ਹੈ, ਦੇਖ ਸਕਦੇ ਹੋ ਇਹ ਕਿਲ੍ਹਾ ਅਹਿਮਦਾਬਾਦ। ਇਹ ਜੇ ਜੀ ਅਸੀਂ ਅਲੀਪੁਰ ਸਾਈਡਾਂ ਸਟਾਪ 'ਤੇ ਆ ਗਏ ਹਾਂ ਅਤੇ ਉਹ ਤੁਹਾਨੂੰ ਵਹਾਨੇ ਹਾਂ। ਇਹ ਜੇ ਰਿਕਸ਼ੇ ਲੱਗੇ ਅਲੀਪੁਰ ਸਾਈਡਾਂ ਦੇ ਸਟਾਪ 'ਤੇ, ਅਤੇ ਉਹ ਪਰਾਂ ਬੋਟ ਵੀ ਲੱਗਾ ਵੇ ਵੇਖ ਲਓ। ਅਤੇ ਇੱਥੋਂ ਜਿਹੜਾ ਨਾ ਕੋਈ ਇੱਕ ਕਿਲੋਮੀਟਰ ਰਹਿ ਗਿਆ ਬਸ ਅਲੀਪੁਰ ਸਾਈਡਾਂ, ਅਸੀਂ ਦਰਬਾਰ 'ਤੇ ਆਪਣਾ ਨਾਲ ਹਾਂ ਅਤੇ ਦਰਬਾਰ ਦਾ ਤੁਹਾਨੂੰ ਵਿਊ ਵਹਾਨੇ ਹਾਂ, ਜਾ ਕੇ ਉੱਥੇ ਦਰਬਾਰ ਦਾ ਵਲੌਗ ਬਣਾਵਾਂਗੇ ਅਤੇ ਤੁਹਾਨੂੰ ਵਹਾਨੇ ਹਾਂ, ਅਤੇ ਤੁਸੀਂ ਵੀਡੀਓ ਮੁਕੰਮਲ ਵੇਖਣੀ ਹੈ। ਦੇਖਿਆ ਕਾਰਾਂ ਜਾਣ ਡਈਆਂ ਨੇ ਹੁਣ ਉੱਧਰ ਨੂੰ। ਇਹ ਜੇ ਬੋਰਡ ਲੱਗਾ ਅਲੀਪੁਰ ਸਾਈਡਾਂ ਦਾ ਪੜ੍ਹ ਸਕਦੇ ਹੋ, ਤੁਸੀਂ ਵੇਖ ਸਕਦੇ ਹੋ ਉਹਨਾਂ ਦਾ ਬੋਰਡ ਲੱਗਾ ਜੇ ਇਹ ਵਾਲਾ। ਦਰਬਾਰ ਦੇ ਲਾਗੇ ਬਸ ਅੱਪੜ ਗਏ ਹਾਂ, ਇਹ ਵੇਖਿਆ ਹੁਣ ਹੈ ਚੌਕ ਕ੍ਰਾਸ ਕਰਕੇ ਅਤੇ ਅਸੀਂ ਚੱਲੇ ਹਾਂ ਉੱਧਰ ਨੂੰ, ਬਾਜ਼ਾਰ 'ਤੇ ਅੱਪੜਨ ਵਾਲੇ ਹਾਂ ਬਸ। ਸਾਰਾ ਵੇਖ ਸਕਦੇ ਹੋ ਤੁਸੀਂ ਦਰਬਾਰ 'ਤੇ ਹੀ ਆ ਜਾਂਦੇ ਹਾਂ। ਪੀਰਾਂ ਦੇ ਘਰ ਬਣੇ ਨੇ ਜਿੱਧਰ ਵੀ ਤੁਸੀਂ ਦੇਖੋਗੇ। ਦਰਬਾਰ ਨਜ਼ਰ ਆ ਗਿਆ, ਤੁਹਾਨੂੰ ਅੰਦਰੋਂ ਜਾ ਕੇ ਬਾਹਰ ਲਾਂਗੇ ਇਹਦੀ ਜ਼ਿਆਰਤ ਕਰਾਉਂਦੇ ਹਾਂ ਤੁਹਾਨੂੰ। ਗੱਡੀ ਹੋਣ ਕਿਤੇ ਖਿਲਾ ਰਹੀ ਹੈ ਇੱਧਰ ਹੈ, ਇਹ ਵੇਖੋ ਕਿੱਡਾ ਪਿਆਰਾ ਮਾਹੌਲ ਬਣਾਇਆ ਉਹਨਾਂ ਨੇ। ਬਾਜ਼ਾਰ 'ਤੇ ਅਸੀਂ ਪਹੁੰਚ ਗਏ ਹਾਂ, ਤੁਹਾਨੂੰ ਸਾਰੀਆਂ ਜਗ੍ਹਾ ਵਹਾਈਆਂ ਨੇ। ਬਾਜ਼ਾਰ 'ਤੇ ਅਸੀਂ ਅੱਪੜ ਗਏ ਹਾਂ ਤਾਂ ਤੁਹਾਨੂੰ ਸਾਰੀ ਜਗ੍ਹਾ ਵਹਾਉਂਦੇ ਹਾਂ, ਦਰਬਾਰ ਵੀ ਵਹਾ ਲਾਂਗੇ, ਅੰਦਰ ਜਾਵਾਂਗੇ, ਜ਼ਿਆਰਤ ਕਰਾਂਗੇ। ਉਹ ਵੇਖਿਆ ਪਰਾਂ ਵਾਸ਼ਰੂਮ ਬਣੇ ਨੇ ਸਾਰੇ, ਅਤੇ ਹਫ਼ਤ ਹੋਰੀ ਗੱਡੀ ਖਿਲਾਰ ਕੇ ਆਏ ਨੇ। ਇੱਧਰ ਵੁਜ਼ੂ ਕਰ ਸਕਦੇ, ਟੂਟੀਆਂ ਛੁੱਟੀਆਂ ਲੱਗੀਆਂ ਹਨ। ਅਤੇ ਇੱਧਰ ਉਹਨਾਂ ਕਮਰੇ ਬਣਾਏ ਨੇ, ਰੂਮ ਬਣਾਏ ਨੇ, ਜਿਹੜੇ ਲੋਕ ਉਹ ਰਸਤੇ ਆਉਂਦੇ ਹੈਗੇ ਨਾ ਉਹ ਇੱਥੇ ਰਹਿ ਸਕਦੇ ਨੇ। ਅਤੇ ਇਹ ਖੁੱਲ੍ਹੀ ਜਗ੍ਹਾ ਵੇ, ਇੱਥੇ ਜਦੋਂ ਔਰਸ ਲੱਗਣਾ ਤਾਂ ਲੋਕ ਬਹਿ ਕੇ ਖਾਤ ਖਾਂ ਸੁਣ ਸਕਦੇ ਨੇ। ਅਤੇ ਉਹ ਪਰਾਂ ਜੇ ਮਜ਼ਾਰ ਵੇਖਿਆ, ਅਤੇ ਉਹ ਨਾਲ ਪਰਾਂ ਮਸਜਿਦ ਬਣੀ ਆ। ਇਹ ਜੇ ਦੁਕਾਨ ਇੱਕ ਲੱਗੀ ਜੀ ਛੋਟੀ ਜਿਹੀ,
ਸਲਾਮ ਅਲੈਕਮ ਬਜ਼ੁਰਗੋ, ਕੀ ਹਾਲ ਨੇ? ਹੋਰ ਸਭ ਖੈਰੀਅਤ? ਚਲੋ, ਇਹ ਹੁਣ ਅਸੀਂ ਜਿਹੜਾ ਨਾ ਮਜ਼ਾਰ 'ਤੇ ਚੱਲੇ ਹਾਂ, ਤੁਹਾਨੂੰ ਮਜ਼ਾਰ ਵਿਖਾਉਂਦੇ ਹਾਂ। ਮੈਂ ਵੇਖਿਆ ਟੈਲ ਪੱਥਰ ਲੱਗੀ ਹੈ ਇੱਥੇ, ਜਦੋਂ ਰਸ ਹੁੰਦਾ ਬੜਾ ਹੀ ਰਸ਼ ਹੁੰਦਾ ਵੇ, ਆਵਾਮ ਬੜੀ ਹੁੰਦੀ ਹੈ। ਇੱਕ ਹੈ ਦਰਬਾਰ ਅਤੇ ਇੱਕ ਉਹ ਦਰਬਾਰ ਹੈ, ਪੀਰ ਲਾਸਾਨੀ ਨੇ ਉਹਨਾਂ ਦਾ ਮਜ਼ਾਰ ਹੈ ਸਰਕਾਰ ਹੈ, ਅਤੇ ਅਮੀਰ ਮਿਲਤ ਬਾਨੀ ਪਾਕਿਸਤਾਨ ਹੈ, ਅਤੇ ਅਮੀਰ ਬਾਨੀ ਨੇ ਬਾਨੀ ਪਾਕਿਸਤਾਨ ਨੇ ਪੀਰ ਸੈਦ ਜਮਾਤ ਅਲੀ ਸ਼ਾਹ ਸਾਹਿਬ ਗੱਲ ਹੈ, ਜਿਹੜੇ ਬਹੁਤ ਹੀ ਬੜੇ ਅੱਲਾਹ ਦੇ ਬਜ਼ੁਰਗ ਨੇ, ਅੱਲਾਹ ਦੇ ਬਹੁਤ ਬੜੇ ਵਲੀ ਨੇ, ਅਤੇ ਜਿਨ੍ਹਾਂ ਨੇ ਦੀਨ ਇਸਲਾਮ ਵਾਸਤੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਔਰ ਦੀਨ ਇਸਲਾਮ ਨੂੰ ਫੈਲਾਇਆ। ਉਸ ਬਾਅਦ ਪਾਕਿਸਤਾਨ ਬਣਾਉਣ ਦੇ ਵਿੱਚ ਇਹਨਾਂ ਬਹੁਤ ਆਪਣਾ ਜਿਹੜਾ ਕਿਰਦਾਰ ਅਦਾ ਕੀਤਾ, ਪੀਰ ਸੈਦ ਜਮਾਤ ਅਲੀ ਸ਼ਾਹ ਸਾਹਿਬ। ਲਓ ਜੀ, ਅੰਦਰ ਦੀ ਤਰਫ ਅਸੀਂ ਜਾ ਰਹੇ ਹਾਂ, ਮਜ਼ਾਰ ਦੇ ਅੰਦਰ ਜਾਂਦੇ ਹਾਂ ਦਰਬਾਰ ਦੇ, ਅਤੇ ਉਸ ਤੋਂ ਪਹਿਲਾਂ ਤੁਹਾਨੂੰ ਬਾਹਰ ਦਾ ਜਿਹੜਾ ਹੈ ਨਾ ਵਹਾਨੇ ਆਇਆ ਜੇ, ਮਜ਼ਾਰ ਕਿੱਡਾ ਮਾਸ਼ਾਅੱਲਾ ਵੱਡਾ ਵੇ, ਅਤੇ ਉਹ ਮਸਜਿਦ ਦੇ ਪਰਾਂ ਨਾਲ ਅੰਦਰ ਜਾਂਦੇ ਪਏ ਅਸੀਂ। ਸਲਾਮ ਅਲੈਕਮ ਸਰ, ਕੀ ਹਾਲ? ਠੀਕ ਅਲਹਮਦੁਲਿਲਾ। ਅਤੇ ਇਹ ਦਰਵਾਜ਼ੇ ਨੇ ਵੇਖਿਆ, ਪੜ੍ਹ ਸਕਦੇ ਤੁਸੀਂ, ਅਤੇ ਦਰਵਾਜ਼ੇ ਇੱਧਰ ਨੇ, ਟੈਲ ਪੱਥਰ ਮਾਸ਼ਾਅੱਲਾ ਲੱਗੀ ਹੈ, ਬੜਾ ਹੀ ਪਿਆਰਾ ਹੈ। ਵੇਖੋ ਇਹ ਜੇ ਪੜ੍ਹ ਲਓ, ਅਤੇ ਇਹ ਮੇਨ ਦਰਵਾਜ਼ਾ ਹੈ, ਅੰਦਰ ਅਸੀਂ ਚੱਲੇ ਹਾਂ। ਇਹ ਜੇ ਆਪਣਾ ਪੀਰ ਲਾਸਾਨੀ ਇਸ ਟਾਈਮ ਅਸੀਂ ਨਾ ਦਰਬਾਰ ਦੇ ਅੰਦਰ ਮੌਜੂਦ ਹਾਂ, ਦੇਖ ਸਕਦੇ ਹੋ ਹਰਿਦੁਆਰ ਡੇ ਨੇ ਮੰਗਣ, ਅਤੇ ਇੱਕ ਦੋ ਦਰਬਾਰ ਹੋਰ ਵੀ ਨਾਲ, ਉਹਦੀਆਂ ਵੀ ਤੁਹਾਨੂੰ ਜ਼ਿਆਦਾ ਕਰਾਉਂਦੇ ਹਾਂ, ਉਹ ਵੀ ਤੁਹਾਨੂੰ ਵਹਾਉਂਦੇ ਹਾਂ। ਮਾਸ਼ਾਅੱਲਾ ਬਹੁਤ ਹੀ ਪਿਆਰਾ, ਕਿੰਨੇ ਦਰਵਾਜ਼ੇ ਨੇ ਇਹਨੂੰ। ਪੀਰ ਸੈਯਦ ਮੁਹੰਮਦ ਜ਼ਫਰ ਇਕਬਾਲ ਸ਼ਾਹ ਉਹ ਗੱਦੀ ਮਸ਼ੀਨ ਨੇ, ਅਤੇ ਇਹ ਜਿਹੜਾ ਮਜ਼ਾਰ ਹੈ ਨਾ ਪੀਰ ਲਾਸਾਨੀ ਸਾਹਿਬ ਹੋਰ ਆਉਂਦਾ ਹੈ, ਤੁਸੀਂ ਮਜ਼ਾਰ ਵੇਖ ਹੀ ਲਿਆ ਹੈ। ਜਗ੍ਹਾ ਬਹੁਤ ਹੀ ਖੁੱਲ੍ਹੀ ਹੈ, ਜਦੋਂ ਰਸ ਹੁੰਦਾ ਵੇਖਿਆ, ਇਹ ਕਮਰੇ ਬਣੇ ਨੇ, ਅਤੇ ਆਣ ਕੇ ਆਵਾਮ ਬਹਿ ਸਕਦੀ ਹੈ। ਇਹ ਪਰ ਮਸਜਿਦ ਮਾਸ਼ਾਅੱਲਾ ਬੜੀ ਪਿਆਰੀ ਹੈ, ਇਹ ਵੇਖੋ ਸਾਰੇ ਪੀਰਾਂ ਦੇ ਘਰ ਨੇ, ਜਿੱਥੋਂ ਤੱਕ ਨਜ਼ਰ ਪੈਣੀ ਹੈ ਨਾ ਤੁਹਾਨੂੰ ਜਗ੍ਹਾ ਹੀ ਜਗ੍ਹਾ ਲੱਭਣੀ ਹੈ। ਵੇਖੋ ਕਿੰਨੀ ਖੁੱਲ੍ਹੀ ਜਗ੍ਹਾ ਵੇ, ਹੁਣ ਅਸੀਂ ਜਿਹੜਾ ਨਾ ਇੱਥੇ ਨਜ਼ਦੀਕ ਹੀ ਇੱਕ ਮਜ਼ਾਰ ਹੋਰ ਦਰਬਾਰ, ਉੱਥੇ ਨਾ ਮੱਛੀ ਦੇ ਕੰਢੇ ਦਾ ਜਿਹੜਾ ਨਾ ਸ਼ਤੀਰ ਪਿਆ, ਅਤੇ ਉਹ ਤੁਹਾਨੂੰ ਵਹਾਨੇ ਆ, ਬੜੇ ਸਾਰੇ ਪੀਰ ਨੇ, ਬੜੇ ਸਾਰੇ ਬਜ਼ੁਰਗ ਨੇ ਉਹ ਵੀ, ਅਤੇ ਉੱਥੇ ਮੱਛੀ ਦੇ ਸ਼ਤੀਰ ਦਾ ਜਿਹੜਾ ਨਾ ਛੱਤ ਪਿਆ ਵੇ, ਬੜੇ ਪੁਰਾਣੇ ਦੌਰ ਦਾ, ਅਤੇ ਉਹ ਜਾਂਦੇ ਹਾਂ ਤਾਂ ਤੁਹਾਨੂੰ ਵਹਾਨੇ ਆ। ਮੱਛੀ ਵਾਲਾ ਕੰਢਾ ਉਹ ਵੇਖਣ ਲੱਗੇ ਹਾਂ, ਇੱਥੇ ਹਾਂ ਜ਼ਿਆਰਤ ਤੋਂ ਸਲਾਮ ਕਰ ਲਈ, ਅਤੇ ਹੁਣ ਅਸੀਂ ਜਿਹੜਾ ਨਾ ਉੱਧਰ ਚੱਲੇ ਹਾਂ। ਛੋਟੇ ਜਿਹੜਾ ਮੱਛੀ ਵਾਲਾ ਕੰਢਾ ਉਹ ਕਿੱਧਰ? ਇੱਧਰ ਇਸ ਪਾਸੇ ਮਸਜਿਦ ਦੇ ਅੰਦਰ, ਸਹੀ ਆਉਂਦੇ ਨੇ ਮਸਜਿਦ ਦੇ ਅੰਦਰ, ਉਤਲੀ ਛੱਤ ਵੇ ਤਾਂ ਥੱਲੇ ਛੱਤ, ਉਹਨਾਂ ਕਿਹਾ ਛੱਤ ਦੇ ਉੱਤੇ ਵੇ, ਉੱਥੇ ਜਾਣਾ ਵੇ। ਇੱਥੇ ਮੱਛੀ ਦਾ, ਇੱਥੇ ਜਿਹੜੀ ਮੱਛੀ ਦਾ ਕੰਢਾ, ਛੱਤ ਦੇ ਉੱਤੇ ਜਾਣਾ ਕਿ ਛੱਤ ਦੇ ਬਾਹਰ, ਪੌੜੀਆਂ ਚੜ੍ਹ ਕੇ ਤਾਂ ਉੱਤੇ ਤਾਂ ਜਾਣਾ ਮੈਂ। ਫਿਰ ਅੰਦਰ ਦੇ ਜੀ ਮਸਜਿਦ ਦੇ ਅੰਦਰ ਮੱਛੀ ਦਾ ਸ਼ਤੀਰ, ਅਤੇ ਵੇਖਿਆ ਲੋਕ ਵੇਖਣ ਆਉਣ ਡੇ ਨੇ, ਅਤੇ ਅਸੀਂ ਵੀ ਅੰਦਰ ਦਾਖਲ ਹੁੰਦੇ ਹਾਂ, ਵੇਹਨੇ ਹਾਂ ਅਤੇ ਦਾਖਲ ਹੋਣ ਲੱਗੇ ਆਪ ਸਭ। ਚਲੋ ਅੰਦਰ ਵੇਖੋ,
ਮਾਸ਼ਾਅੱਲਾ ਮਸਜਿਦ ਆ ਗਿਆ। ਮਸਜਿਦ ਵੇਖੋ ਪਹਿਲਾਂ, ਮਾਸ਼ਾਅੱਲਾ ਕਿੱਡੀ ਪਿਆਰੀ ਮਸਜਿਦ ਹੈ। ਅਤੇ ਇਹ ਮੱਛੀ ਦਾ ਸ਼ਤੀਰ, ਕੰਡਾ ਮੱਛੀ, ਇਹ ਮੱਛੀ ਦਾ ਕੰਡਾ ਜਿਹਾ ਵੇਖ ਸਕਦੇ ਹੋ ਕਿ ਨਾ, ਇਹ ਜੇ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਨਾ, ਵੀ ਇਹ ਮੱਛੀ ਦਾ ਸ਼ਤੀਰ ਕੰਡਾ ਜਿਹੜਾ ਹੈ। ਅਤੇ ਬੜੀ ਬੜੀ ਦੂਰੋਂ ਦੁਨੀਆ ਜਿਹੜੀ ਹੈ ਨਾ, ਇਹ ਵੇਖਣ ਆਉਂਦੀ ਹੈ। ਮੱਛੀ ਦਾ ਜਿਹੜਾ ਕੰਡਾ ਪਿਆ ਹੈ ਨਾ, ਇਹ ਮਸਜਿਦ ਅਤੇ ਮਸਜਿਦ ਦੇ ਅੰਦਰ ਹੈ ਜੇ ਵੇਖਿਆ, ਵਹਿੰਦੇ ਪਏ ਲੋਕ ਹੁੰਦੇ ਪਏ ਦੂਰੋਂ ਦੂਰੋਂ ਆਵੋ ਜੀ। ਤੁਹਾਨੂੰ ਹੋਰ ਵੀ ਇੱਕ ਜਗ੍ਹਾ ਵਹਾਉਂਦੇ ਹਾਂ ਕਿ ਜਿੱਥੇ ਪੀਰ ਜਮਾਤ ਅਲੀ ਸ਼ਾਹ ਬੁਜ਼ੁਰਗ ਕਰਦੇ ਹੁੰਦੇ ਹਨ, ਤਲਾਅ ਹੁੰਦਾ ਸੀ, ਅਤੇ ਉਹ ਵੀ ਤੁਹਾਨੂੰ ਵਹਾਉਣ ਲੱਗੇ ਹਾਂ। ਇਹ ਵੇਖਿਆ, ਇਹ ਤਲਾਅ ਬਣਿਆ ਹਜੇ, ਅਤੇ ਹੁਣ ਇਹਨਾਂ ਨਾ ਬੰਦ ਕਰ ਦਿੱਤਾ ਸੀ ਬਜ਼ੁਰਗ। ਇਹ ਤਲਾਅ ਸੀ ਪਹਿਲਾਂ, ਇਹ ਤਲਾਅ ਹਜੇ ਪਹਿਲਾਂ, ਅਤੇ ਹੁਣ ਉਹਨਾਂ ਜਿਹੜਾ ਨਾ ਤਲਾਬ, ਹੁਣ ਉਹਨਾਂ ਪੱਥਰ ਛੱਥਰ ਲਾ ਕੇ ਤਾਂ ਵੇਖਿਆ ਬੰਦ ਕਰ ਦਿੱਤਾ ਹੈ। ਵੇਖ ਸਕਦੇ ਤੁਸੀਂ, ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਸਾਡਾ ਪਸੰਦ ਆਇਆ ਹੋਵੇਗਾ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ, ਫਿਰ ਮਿਲਾਂਗੇ ਤੁਹਾਨੂੰ ਇਨਸ਼ਾਅੱਲਾ ਨੈਕਸਟ ਨਿਊ ਵਲੌਗ 'ਤੇ। ਅੱਲਾ ਹਾਫਿਜ਼, ਟਾਟਾ, ਬਾਏ ਬਾਏ।